इन बच्चों को किसी ने बताया नहीं। एक वक्त पीआईए पे वो भी था जब पीआईए ने एमरेट्स वालों को जहाज उड़ाने सिखाए थे। इतनी बैकफायर एयरलाइन थी। फिर अगू एक चंद खानदान जुड़े सारी का पट्टा ही बात फिर पठा जो इतनी लायक एयरलाइन थी जिसने एमरेट्स वालों को जहाज चलाने सिखाए फिर चंद खानदान जुड़े और इसलिए जितने बैठी हो तक करो हजरत कोई तालीम तरबियत कोई तालीम तरबियत साल के तौर पर मैंड करने लगी हूँ। एक मैं दुख तोड़ने लगी हूँ। कभी हजरत आप अपने बच्चों की किताबें खोल के देखें ना आप हैरान रह जाएंगे कि ये हमारे बच्चों को क्या पढ़ा रहे हैं। हजरत साहब खोने हमें तबाह नहीं की जाती उसके पीछे लंबी प्लानिंग होती है जिसके जरिए कौमों को फेल कर दिया जाता है। मिसाल के तौर पे जिंदगी में फेल किया नहीं है आपके और मेरे बच्चों की किताबों में पोइम क्या आया सुनना जरा चले चू 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 चा चा घड़ी पे चूहा न लग जा घड़ी ने एक बजाया चूहा नीचे आया। ये पोइम है बच्चों की ये बच्चों की किताबों में हजरत साहब जिन्हें बच्चिया ने यह नचना का चूहा पढ़ना है पॉइंट क्या है टोट बटोट के दो मुर्गे थे अल्लाह मैं ज्यादा चलो नहीं बताऊंगा टोट बटोट के भाई मैं पूछता हूं दो छोड़ के 200 हो 200 छोड़ के 2000 हो भाई मुझे क्यों पढ़ा रहे मुझे इससे क्या फायदा। ठीक है जी ये तो थी नजमी पॉइंट की ये हम्प्टी डम्प्टी सैट ऑन द वॉल कौन है हम्प्टी डम्प्टी क्यों मेरे बच्चों को हम्प्टी डम्प्टी पढ़ाया तुमने मेरा क्या वास्ता हम्प्टी डम्प्टी के साथ क्या 1400 साल तारीख में मेरे पास कोई एक कैरेक्टर ऐसा नहीं जो मेरे बच्चों को पढ़ाया जाता। मैं कहता हूं जनाबे सैयदुना सिद्दीकी अकबर से शुरू करो पीर सैयद मेहरअली शाह करो तेरी किताबें तेरी क्लासें तेरे से कम हो जाएंगे मेरे कैरेक्टर का तुमने क्या पढ़ाया हम्प्टी डम्प्टी सेट ऑफ द पता नहीं कौन सी हम्प्टी डम्प्टी पोएम क्या है मिस फ्रेंड करके भी दस दी ना ट्विंकल ट्विंकल अरे कॉमेट फेल की जाती बच्चे ने कॉमेट फेल की जाती है ऐसे साडे अंदर की बाहड़िया लिटल स्टार ਸਾਡੇ ਅੰਦਰ ਕੀ ਬਿਠਾ ਚੜਿਆ ਇਸ ਟਾਈਮ ਫਿਰ ਕੌਮ ਵੀ ਲਿਟਲ 100ਵੇਂ ਨੰਬਰ ਤੇ ਪਾਸਪੋਰਟ ਕੌਮ ਦਾ ਹਮ ਲਿਟਲ ਸਟਾਰ ਕਿਉਂ ਪੜੇ ਓਏ ਅੱਲਾਹ ਦਾ ਸ਼ੁਕਰ ਹੈ ਮੈਂ ਵੀ ਸਟਾਰ ਵਾਲਾ ਹੂੰ ਹਜ਼ਰਤ ਅਬੂ ਬਕਰ ਮੇਰੇ ਸਟਾਰ ਹੈ ਉਮਰ ਫਾਰੂਕ ਮੇਰੇ ਬਿਗ ਸਟਾਰ ਹੈ ਉਸਮਾਨ ਗਨੀ ਮੇਰੇ ਸਟਾਰ ਹੈ ਸ਼ੇਰੇ ਖੁਦਾ ਮੇਰੇ ਬਿਗ ਸਟਾਰ ਹੈ ਕੋਈ خالد بن ولید پہ ہے کوئی جناب سیدنا امیر حمزہ پہ جناب سہیل صوفی پہ جناب عمار بن یاسر پہ ہے کوئی پوئم ਵਾਹ ਵਾਹ ਸੁਭਾਨ ਅੱਲਾਹ ਇਹਨਾਂ ਨੂੰ ਅਸੀਂ
ਜੇ ਕਾਲਜ ਦੇ ਮੈਨੂੰ ਵਧੀਤ ਵਾਲੀ ਪੜਾ ਕੇ ਛੱਡੀ ਤੇ ਸਾਡਾ ਫਿਰ ਬੈਠਾ ਕਿਤਾਬੋ ਮੈਂ ਲਿਖਿਆ ਜੀ ਹਜ਼ਰਤ ਅਲੀ ਪਾਕ ਨੇ ਤੂੰ ਜ਼ੁਲਫ਼ਿਕਾਰ ਸੇ 40,000 ਕਾਫ਼ਲਾ ਫਾਸਲ ਜਹਾਨ ਕੀ ਪੜਾਇਆ ਮੇਰੇ ਮੂੰਹ ਤੋਂ ਭੈੜੀ ਤਾਂ ਜਿਹੜੀ ਸੀ ਉਹਨਾਂ ਦੀ ਕੋਈ ਲੱਗਾ ਲਾਉਣਾ ਹਮਕੀ ਚਮਤੀ ਅਗਰ ਹਮਤੀ ਚਮਤੀ ਕੀ ਜਗ੍ਹਾ ਦੇ ਜੀ ਪੋਇਮ ਹੋਤੀ ਹਜ਼ਰਤ ਅਲੀ ਪਾਕ ਹਜ਼ਰਤ ਅਲੀ ਕੀ ਜ਼ੁਲਫ਼ਿਕਾਰ ਸੇ ਉਸਾਤ ਮੇਂ ਯੇ ਵੀ ਪੋਇਮ ਮੇਂ ਹੋਤਾ ਕਿ ਹਜ਼ਰਤ ਅਲੀ ਨੂੰ ਜ਼ੁਲਫ਼ਿਕਾਰ ਸੇ 40,000 ਕਾਫਿਰ ਵਸਲੇ ਤੀਸਰੀ ਜਾਂ ਚੌਥੀ ਕਲਾਸ ਮੇਂ ਪੂਰਾ ਸਾਲ ਤੇਰਾ ਪੁੱਤਰ ਮੇਰਾ ਪੁੱਤਰ ਯੇ ਪੋਇਮ ਹੋਤਾ ਅੱਲਾ ਕੀ ਕਸਮ ਹੈ ਤਕਬੀਰ ਪਾਕ ਦੋ ਤਿੰਨ ਮਿੰਟ ਬਾਅਦ ਠੰਡਾ ਹੋਊਗੀ ਫਿਰ ਉਹਦੀ ਖਲ ਲਾਓ ਉਹਦੇ ਖਰੋੜੇ ਲਾਓ ਉਹਨਾਂ ਨੂੰ ਤੇ ਜੇ ਅਜੇ ਕਿਸੇ ਨੂੰ ਤਕਲੀਫ ਵੀ ਨਾ ਪਾਓ ਤੇ ਉਹਦੀ ਖਲ ਲਾਉਣੀ ਸ਼ੁਰੂ ਕਰ ਸਕੋ ਪਾਕਿਸਤਾਨ ਦਾ ਸੀਨ ਤਕਬੀਰ ਕੋਈ ਨੀ ਬਈ ਇੱਕ ਹੁਕਮਰਾਨ ਦੇ ਹੱਥ ਚ ਵੀ ਖਲ ਲਾਉਣ ਰਿਹਾ ਹੈ ਪਾਕਿਸਤਾਨ ਪੁਕਾਰ ਪੁਕਾਰ ਕੇ ਕਹਿ ਰਿਹਾ ਅਜੇ ਬਚਾਓ ਅਜੇ ਬਚਾਓ ਮੈਂ ਗਿਆ ਹੀ ਲੇਕਿਨ ਉੱਥੇ ਪਹੁੰਚਿਆ ਤੇ ਕੀ ਵੇਖਿਆ ਖਲ ਉਹੀ ਲਾਡ ਰਿਹਾ ਜਿਹਨੂੰ ਮੈਂ ਵੋਟ ਦਿੱਤਾ ਤਾ ਸੀ ਪਾਕਿਸਤਾਨ ਦੀ ਆਵਾਜ਼ ਲੇਕਿਨ ਉੱਥੇ ਪਹੁੰਚਿਆ ਤੇ ਵੇਖਿਆ ਕਿ ਜਿਹੜਾ ਖਲ ਲਾਉਣ ਰਿਹਾ ਸੀ ਉਹ ਵੀ ਸੀ ਜਿਹਨੂੰ ਮੈਂ ਵੋਟ ਦਿੱਤਾ ਕੀ ਕਰਦਾ ਤੈਨੂੰ ਕਰੋੜੇ ਹਜ਼ਰਤ ਬਗੈਰ ਤਕਬੀਰ ਪਾਏ ਕੀ ਖੜਾ ਥਾ ਪਾਕਿਸਤਾਨ ਕਿੱਧਰ ਮੈਂ ਕਿਹਾ ਹਜ਼ਰਤ ਜੀ ਲੇਕਿਨ ਵੇਖਿਆ ਜਿਹੜਾ ਕਰੋੜੇ ਲਾਉਣ ਡਿਆ ਸੀ ਉਹ ਵੀ ਸੀ ਜਿਹਨੂੰ ਮੈਂ ਵੋਟ ਦਿੱਤਾ ਪਤਾ ਮੇਰੇ ਪਾਕਿਸਤਾਨ ਦੀ ਬਦਕਿਸਮਤੀ ਕਿਆ ਹੈ ਪਾਕਿਸਤਾਨੀ ਕੋਈ ਪੋਲੀ ਵਾਲਾ ਬੈਠਾ ਹੈ ਕੋਈ ਪੀਟੀਆਈ ਵਾਲਾ ਬੈਠਾ ਹੈ ਕੋਈ ਪੀਪਲ ਪਾਰਟੀ ਵਾਲਾ ਬੈਠਾ ਹੈ ਪਾਕਿਸਤਾਨ ਪਾਕਿਸਤਾਨੀ ਆਪਾਂ ਜਿਹੜੀ ਸਿਆਸੀ ਤਕਰੀਬ ਕਦਾ ਵੀ ਨਹੀਂ ਹੈ ਮੈਂ ਆਪਣਾ ਰੋਣਾ ਰੋਂਦਿਆਂ ਦਾ ਕਿਉਂਕਿ ਮੇਰਾ ਪਾਕਿਸਤਾਨ ਅਭੀ ਇਸ ਹਾਲ ਪੇ ਆ ਪਹੁੰਚਿਆ ਕਿ ਇਸ ਵਿਚਾਰੇ ਕੇ ਪਾਸ ਵੇਚਣੇ ਕੇ ਲਈ ਵੀ ਕੁਛ ਨਹੀਂ ਹੈ ਹੁਣ ਪਤਾ ਨਹੀਂ ਤੈਨੂੰ ਵੇਚਣਾ ਹੈ ਨਹੀਂ ਹੈ ਮੈਨੂੰ ਵੇਚਣਾ ਮੈਨੇ ਉਹਨਾਂ ਕੀ ਵੇਚਣਾ ਹੈ ਸੜਕੇ ਵੇਚੀਏ ਨਹੀਂ ਇਦਾਰੇ ਮੋਟਰ ਵੇ ਗਿਰਵੀ ਰੱਖ ਦਈਏ ਹੁਣ ਪਤਾ ਨਹੀਂ ਪੁੱਤਰ ਅਗਲੇ ਕਰਦੇ ਵੀ ਜਿੰਨੇ ਵਿਕਣ ਤੈਨੂੰ ਵੇਚਣਗੇ ਪਤਾ ਨਹੀਂ ਕਿਹੜਾ ਠੰਡਾ ਸ਼ਬਦ ਪੀ ਬੈਠੀ ਹੈ ਕੌਣ ਮੈਂ ਇਹ ਕਹਿ ਕੇ ਬਸ ਕਰਨੇ ਲੱਗਾ ਤੁਸੀਂ ਬੋਲਦੇ ਵੀ ਤੇ ਮੈਂ ਸੁਣਾਉਣੇ ਨਾ ਤੇਰੀਆਂ ਧੜੀਆਂ ਤਸਵੀਰਾਂ ਵੇਖੀਆਂ ਨੇ ਤੇ ਮੈਂ ਕੋਈ ਉਹਦੇ ਨਾਲ ਤਸਵੀਰ ਖਿਚਾਉਣਾ ਕਿਹੜਾ ਜੀ ਬੋਲ ਕੇ ਗਏ ਬਈ ਮੈਂ ਜ਼ਾਤੀ ਤੌਰ ਤੇ ਉਹਨਾਂ ਦੇ ਖਿਲਾਫ ਨਹੀਂ ਅਦਰ ਸਾਹਿਬ ਮੈਂ ਇੱਕ ਸਵਾਲ ਤੁਹਾਨੂੰ ਕਰੀ ਖੁਦਾ ਨਾ ਖਾਸਤਾ ਕਿਸੇ ਦੇ ਘਰ ਚੋਰੀ ਹੋ ਜਾਏ ਅਸੀਂ ਅਫਸੋਸ ਕਰਨ ਜਾਈਏ ਤੇ ਕੀ ਸਵਾਲ ਤਲਬ ਕਰਨੇ ਆ ਪਹਿਲਾਂ ਅਦਰ ਤੂੰ ਚੋਰ ਕਿੰਨੇ ਜਾਣੇ ਸੀ ਦੋ ਜਾਣੇ ਸੀ ਤੁਸੀਂ ਕਿੰਨੇ ਜਾਣੇ
ਕੀਤੀ ਸੀ 20-25 ਜਣੇ ਜਿਹੜਾ ਕੋਈ ਮੂੰਹ ਘੱਟ ਹੋਵੇਗਾ ਉੱਥੇ ਬੋਲ ਪਏ ਕਿਤੇ ਬਾਹਰ ਜਾ ਕੇ ਤਾਂ ਨਹੀਂ ਜਾਣਾ ਹੋਇਆ 25 ਜਣੇ ਚੰਗੇ ਬੰਦੇ ਨੇ 25 ਜਣੇ ਕੋਈ ਦੁੱਖ ਲੁੱਟ ਕੇ ਲਏ ਹੋਏ ਮੈਂ ਤੁਹਾਨੂੰ ਕੋਈ ਨਹੀਂ ਬੁਰਾ ਲਾ ਮੈਂ ਆਪਕੋ ਬੁਰਾ ਕਹੂੰਗਾ ਉਹ ਨਹੀਂ ਆ 25 ਕਰੋਗੇ ਨੈਸ਼ਨਲ ਅਸੈਂਬਲੀ ਕੀ ਸੀਟਾਂ ਡਾਲੋ ਪੰਜਾਬ ਅਸੈਂਬਲੀ ਕੀ ਸੀਟਾਂ ਡਾਲੋ ਸਿੰਧ ਕੀ ਡਾਲੋ KPK ਕੀ ਡਾਲੋ ਕੋਟਾ ਤੇ ਬਲੋਚਿਸਤਾਨ ਕੀ ਡਾਲੋ ਸੈਨੇਟ ਕੀ ਡਾਲੋ ਸਾਰੀ ਜਿੰਨੇ ਦਰਦ ਬਾਕੀ ਵੀ ਐਰੇ ਗੈਰੇ ਨੇ ਸਾਰੇ ਡਾਲੋ ਕਿਤਨੇ ਬਣ ਗਏ ਅੰਦਾਜ਼ਾ 2,000-3,000 ਮੈਂ ਕੈਸੇ ਮੰਗਦਾ ਸਰ ਜੀ 3,000 ਜਣੇ ਨੇ 20 ਕਰੋੜ ਨੇ ਲੁੱਟ ਲਿਆ ਨਹੀਂ ਅਦਰ ਐਸ 20 ਕਰੋੜ ਨੇ ਆਪਣਾ ਆਪ ਕਸੂਰ ਆਪ ਜੇ ਤੁਸੀਂ 25 ਕਰੋੜ ਜਾਗਦੇ ਹੁੰਦੇ ਥੋੜਾ ਨੀ ਕਿਵੇਂ ਲੁੱਟਣਾ ਹੈ ਜੇ ਇੰਨੇ ਜੋਗੇ ਹੁੰਦੇ ਤੇ ਹਜ਼ਰਤ ਆਪਣੀਆਂ ਨਮਾਜ਼ਾਂ ਉਤਰੇ ਦੇ ਬਗੈਰ ਇਸ ਗੱਲ ਚ ਨਿਕਲਿਆ ਜਾਣਾ ਕਿਸੇ ਨਮਾਜ਼ ਪੰਜ ਮਦਦ ਆਈ ਕੱਟ ਨਾ ਤੋਲੀ ਫਰਾਡ ਨਾ ਕਰੀ ਮਿਲਾਵਟ ਨਾ ਕਰੀ ਤਾਂ ਕਿ ਉਹ ਸਲਾਮਤ ਰੱਖੇ ਮੈਂ ਕਰਾਮਤ ਰੱਖੇ ਇਨਸ਼ਾ ਅੱਲਾਹ ਮੌਕਾ ਬਣੇਗਾ ਇਸੀ ਪੇ ਬਸ ਕਰਤਾ ਮੁਲਕ ਦੇ ਤੇ ਮੁਲਕਾਂ ਦਾ ਵਾਲੀ ਨਬੀ ਵਲੀ ਤੇ ਪੀਰ ਪੈਗੰਬਰ ਦਰ ਤੇ ਰਹਿਮ ਸਵਾਲੀ ਆਪਣੀ ਸ਼ਿਦਤ ਸੇ ਇੰਤਜ਼ਾਰ ਹੋ ਗਿਆ ਕੋਈ ਦੋਸਤ ਦੇ ਜਿਤਨੇ ਵੀ ਇੰਤਜ਼ਾਮੀਆ ਦੇ ਦੋਸਤ ਨੇ ਅਲਾਮਾ ਸਾਹਿਬ ਨੂੰ ਬਾਹਰ ਤੱਕ ਛੋੜ ਕੇ ਹਨ ਦੋ ਸਹਿਬਾਬ ਨੂੰ ਰਿਕੁਐਸਟ ਕੀਤੀ ਜਾਂਦੀ ਹੈ ਕਿ ਰਸਤਾ ਦੇ ਦਿਓ ਰਸਤਾ